ਆਵਾਂ ਕਿਤੇ ਭੋਂਡੀ ਕਰਨਗੇ ਆ ਤੂੰ ਬਾਤ ਆਇਆ ਬੰਦੇ ਦਾ ਪੁੱਤਰ ਬਣ ਜਾ ਅਸਲਾਮ ਵਾਲੇਕੁਮ ਪਬਲਿਕ ਕੀ ਹਾਲ ਚਾਲ ਵੈਲਕਮ ਬੈਕ ਇਨ ਬ੍ਰੈਂਡ ਨਿਊ ਵਲੌਗ ਨਹੀਂ ਦਿਸ ਇਜ਼ ਦੇਸੀ ਵਲੌਗ ਔਰ ਫਾਈਨਲੀ ਸੂਰਜ ਨਿਕਲਿਆ ਹੈ ਅਤੇ ਸੂਰਜ ਮੇਰੀ ਅੱਖਾਂ ਦੇ ਵਿੱਚ ਪੈਣ ਗਿਆ ਵਾ ਅਤੇ ਅਸੀਂ ਉੱਠੇ ਸੀਗੇ ਅਤੇ ਨਾਲ ਹੀ ਖੁਸ਼ੀ ਦੀ ਖਬਰ ਮਿਲ ਗਈ ਕਿ ਸੂਰਜ ਸਾਹਿਬ ਨਿਕਲ ਆਏ ਆ ਮੈਂ ਕਿਹਾ ਚਲੋ ਅਸੀਂ ਦੀਦਾਰ ਕਰਦੇ ਹਾਂ ਜਾ ਕੇ ਕਿੱਥੇ ਸੀ ਐਡੀ ਦੇਰ ਕਿੱਥੇ ਰਿਹਾ ਵਾ ਕਿਤੇ ਭੋਂਡੀ ਕਰਨਗੇ ਆ ਤੂੰ ਬਾਤ ਆਇਆ ਬੰਦੇ ਦਾ ਪੁੱਤਰ ਬਣ ਜਾ ਅਤੇ ਚਲੋ ਚੱਲਦੇ ਹਾਂ ਥੱਲੇ ਖਾਣਾ ਛਾਣਾ ਖਾਂਦੇ ਹਾਂ ਅਤੇ ਮੂੰਹ ਛੂਹ ਧੋਂਦੇ ਧੋ ਕੇ ਫਿਰ ਖਾਣਾ ਛਾਣਾ ਖਾਂਦੇ ਹਾਂ ਅਤੇ ਯਾਰ ਆ ਦੇਖ ਲਓ ਬਸਤੀ ਸਾਡੀ ਚਮਕਣ ਡੀ ਆ ਯਾਰ ਤੂੰ ਜਿਹੜਾ ਨਾ ਬਾਤ ਆਇਆ ਤੂੰ ਭੂਣੀਆਂ ਕਰਦਾ ਵਾ ਬੰਦੇ ਦਾ ਪੁੱਤਰ ਬਣ ਕੇ ਰੂਟੀਨ ਦੇ ਨਾਲ ਨਿਕਲਿਆ ਗਿਆ ਠੀਕ ਹੈ ਨਾ ਫਾਈਨਲੀ ਗਾਇਸ ਮੈਂ ਪਹੁੰਚਿਆ ਸੀ ਆਪਣੇ ਦੋਸਤ ਦੀ ਦੁਕਾਨ 'ਤੇ ਬਰਕਤ ਪਾਉਣ ਵਾਸਤੇ ਆ ਦੇਖਿਓ ਉੱਥੋਂ ਬਰਕਤ ਪੈਂਦੀ ਆ ਉਹ ਜਾਨ ਦੇ ਸਵਾਰੀਆਂ ਕਿੱਥੋਂ ਚੁੱਕੀਆਂ ਸਵਾਰੀਆਂ ਦੇਖ ਲਾ ਮੇਰੀਆਂ ਕੋ ਦੇਖ ਦੇਖ ਭੈਣ ਦੀ ਸਿਰੀ ਮੈਂ ਤੈਨੂੰ ਚੋਰ ਲੱਗਦਾ ਨਹੀਂ ਸ਼ਕਲੋ ਤੈਨੂੰ ਮੈਂ ਚੋਰ ਲੱਗਦਾ ਆ ਵਾ ਭਰਾਵਾ ਦੁਕਾਨ ਦੀ ਚਾਬੀ ਆ ਸਪਰੇ ਵਾਲੇ ਦੀ ਸ਼ਾਮਾਂ ਨੂੰ ਇੰਨਾ ਯਕੀਨ ਆ ਮੈਨੂੰ ਚਾਬੀ ਦੇ ਜਾਂਦੇ ਤੈਨੂੰ ਭੈਣ ਦੀ ਸਿਰੀ ਤੇਰੀਆਂ ਸਪਾਰੀਆਂ ਕਰੋ ਖੂਬ ਤੂੰ ਤੂੰ ਮੇਰੇ ਇੱਥੇ ਨਾਟਕ ਪਾਉਣ ਵਾਲਾ ਚੈੱਕ ਕਰ ਯਾਰ ਤੂੰ ਚਾਬੀ ਭਲਾ ਕਦ ਦੇਖ ਜਾਂਦੇ ਹਾਂ ਕਿ ਚੋਰ ਨੂੰ ਚੋਰ ਤੋਂ ਬਚੇ ਰਹਿਣ ਦੁਕਾਨ ਖੋਲੇਗਾ ਅਸੀਂ ਰਾਹ ਨਾਲ ਉੱਠ ਕੇ ਆਵਾਂਗੇ ਇੱਧਰ ਮੂੰਹ ਕਰੀ ਆ ਵੀਡੀਓ ਸ਼ਾਮਾਂ ਦਿਖਾਉਣੀ ਸ਼ਾਹ ਜੀ ਆਹੀ ਮੁੰਡਾ ਵਾ ਜੇ ਆਇਆ ਨਾ ਮਰਦਾਨਾ ਕਮਜ਼ੋਰੀ ਦੀ ਦਵਾਈ ਲੈਣ ਵਾਸਤੇ ਇਹਨੂੰ ਤੁਸੀਂ ਔਰਤਾਂ ਲਈ ਦਵਾਈ ਦੇਣੀ ਹੈ ਠੀਕ ਹੈ ਨਾ ਆਹ ਦੇਖ ਲਓ ਗਾਇਸ ਆਹ ਦੇਖ ਲਓ ਆਹ ਗਾਲਾਂ ਕੱਢਣ ਦੇ ਸ਼ਾਮਾਂ ਨੂੰ ਗਾਇਸ ਦਾ ਫੈਨ ਦੀ ਜਗਵਾਉਣੀਆਂ ਪੰਸਾਰ ਦੇ ਉੱਤੇ ਪੰਸਾਰ ਦੇ ਫੁੱਲ 9 ਵਜੇ ਪਹੁੰਚੀ ਹੈ ਅਤੇ ਸਫਾਈ ਸਫਾਈ ਕਰਦੇ ਹਾਂ ਅੱਜ ਅਸੀਂ ਸਫਾਈ ਸਫਾਈ ਰਗੜ ਕੇ ਕਰਨੀ ਪੈਣੀ ਕਿਉਂਕਿ ਧੁੱਪ ਨਿਕਲੀ ਆ ਅਤੇ ਵੀ ਖੜੀ ਆ ਅੱਗੇ ਬੂਤਾ ਛੁਤਾ ਲਾ ਲਈਦਾ ਸੀਗਾ ਅਤੇ ਸਫਾਈ ਸਫਾਈ ਕਰਦੇ ਹਾਂ ਕਰਕੇ ਅਤੇ ਫਿਰ ਮਿਲਦੇ ਹਾਂ ਬਾਅਦ ਵਿੱਚ ਸਫਾਈ ਸਫਾਈ ਕਰ ਲਈ ਆ ਹੁਣ ਅਸੀਂ ਮਿਲੇ ਅਤੇ ਜਾ ਕੇ ਧੁੱਪ ਛੁੱਪੇ ਬਹਿੰਦੇ ਹਾਂ ਗਾਹਕ ਆਇਆ ਹਾਂ ਸਰ ਚਲੋ ਠੀਕ ਹੈ ਸਰ ਅਸੀਂ ਕਿਹੜਾ ਪੜ੍ਹਨਾ ਮਦੀਨਾ ਸਕੂਲ ਸਿਸਟਮ ਹਾਏ ਹਾਏ 9ਵੀਂ ਕਲਾਸ ਅਸੀਂ ਸਕੂਲੋਂ ਭੱਜੇ ਹਾਂ ਸਾਰੇ ਉਹ ਦੇਖ ਲਓ ਨਿੱਕੇ ਜਿਹੇ ਬੱਚੇ ਪੇਪਰ ਵੰਡਣ ਲਏ ਅਤੇ ਸਾਡੇ ਕੋਲ ਇਹਦਾ ਕੋਈ ਮਕਸਦ ਨਹੀਂਗਾ ਲੇਕਿਨ ਸੁਭਾਨ ਅੱਲਾ ਇਸ ਦਿਨ ਦੀ ਪਹਿਲੀ ਦਵਾਈ ਬਣਾਉਣ ਜਾ ਰਹੇ ਹਾਂ ਚੈੱਕ ਕਰੋ ਜੜਪਾਨ ਅਤੇ ਸੁੰਡ ਅਤੇ ਥੱਲੇ ਦਾਲਚੀਨੀ ਆ ਲਵਾਂਗਾ ਨਾਲ ਆਕਰ ਕਰਾਵਾਂ ਇਹ ਪੰਜ ਹੀ ਦਵਾਂ ਅਤੇ ਇਹਨਾਂ ਨੂੰ ਗ੍ਰੈਂਡ ਕਰਦੇ ਹਾਂ ਫਿਰ ਚੈਂਪੀਅਨ ਪਾ ਦਿੰਦੇ ਗ੍ਰੈਂਡਰ ਸਾਫ ਨਹੀਂ ਕਰਨਾ ਪਹਿਲੀ ਗ੍ਰੈਂਡਰ ਦੀ ਹਾਲਤ ਚੈੱਕ ਕਰ ਸਕਦੇ ਹਾਂ ਇਹਦੀ ਇੱਦਾਂ ਦਾ ਸੀ ਅਤੇ ਇਹਨੂੰ ਧੋਨੇ ਹਾਂ ਧੋ ਕੇ ਫਿਰ ਇਹਨੂੰ ਸਾਫ ਕਰਦੇ ਹਾਂ ਆਹੀ ਜਗ੍ਹਾ ਜਿੱਥੋਂ ਲੱਕੜਾਂ ਲੁੱਕੜਾਂ ਚੁੱਕੀ ਦੀਆਂ ਅੱਜ ਸਾਰਾ ਕੰਮ ਹੋ ਗਿਆ ਠੱਪ ਕਿਉਂਕਿ ਧੁੱਪ ਨਿਕਲਿਆ ਯਾਰ ਹੁਣ ਅੱਗ ਛੱਗ ਨਹੀਂ ਬਾਲੀ ਦੀ ਅਤੇ ਇਹਨਾਂ ਦਾ ਚੁੱਕ ਕੇ ਸਮਾਨ 'ਚ ਮਾਰਨ ਆ ਵਾ ਪਾ ਅਗਲੇ ਪੈਸੇ ਮੰਗਣ ਲੱਗ ਗਏ ਭੋਲਾ ਤੁਸੀਂ ਚੈੱਕ ਕਰ ਸਕਦੇ ਹੋ ਭੋਲਾ ਬੈਠਾ ਵਾ ਭੂੰਡੀ ਕਰਨ ਆ ਵਾ ਉਹ ਸਾਰਿਆਂ ਦੇ ਨਾਲ ਨਾ ਛੁੱਟੀ ਹੋਈ ਆ ਬੱਚਿਆਂ ਨੂੰ ਉਹ ਤਾਂ ਕਰਕੇ ਹੁਣ ਬਹਿ ਕੇ ਅਤੇ ਬੱਚੀਆਂ ਤਾੜਨ ਡਿਆ ਭੋਲਾ ਜਿਹੜਾ ਨਾ ਬੜਾ ਖਰਾਬ ਬੰਦਾ ਆ ਅਤੇ ਅਸੀਂ ਫਾਈਨਲੀ ਦਵਾਈਆਂ ਸ਼ਵਾਈਆਂ ਬਣਾ ਲਈਆਂ ਸੀਗੀਆਂ ਅਤੇ ਦਵਾਈਆਂ ਬਣਾਈਆਂ ਸੀਗੀਆਂ 3 ਬਣਾ ਲਈਆਂ ਸੀਗੀਆਂ 1-2 ਅਤੇ ਤੀਸਰੀ ਉਹ ਪਈ ਆ ਉਹ ਦੇਖੋ ਦੇਖਣ ਡੀ ਅੱਜ ਅਤੇ ਆਹ ਪਈ ਆ ਅਤੇ ਟਾਈਮ ਹੋ ਗਿਆ ਵਾ 2:00 ਅਤੇ 10 ਮਿੰਟ ਹੋ ਗਏ ਆ 12 ਮਿੰਟ ਅਤੇ ਰੋਟੀ ਛੋਟੀ ਨਾਲ ਕੰਮ ਨਹੀਂ ਆ ਜਾਂਦੀ ਹੈਗੀ ਭੋਲਾ ਹੁਣ ਸੱਦਣ ਆ ਮੈਨੂੰ ਵੀ ਅਤੇ ਆਹ ਬਲਕਿ ਇੱਕ ਸੀਰੀ ਹਾਂ ਪਈ ਆ ਮੈਂ ਕਹਿਣ ਡਿਆ ਸੀ ਪਤਾ ਨਹੀਂ ਬਣਾਉਂ ਬਾਕੀ ਮਿਲਦੇ ਆ ਫਿਰ ਬਾਅਦ ਵਿੱਚ ਖਾਣਾ ਛਾਣਾ ਖਾਂਦੇ ਹਾਂ ਫੋਨ ਕਰਕੇ ਪੁੱਛਦੇ ਹਾਂ ਕਿ ਖਾਣਾ ਲੈ ਕੇ ਆਉਣਾ ਕਿ ਜਾਂ ਇੱਥੋਂ ਮੰਗਵਾਉਣਾ ਲਓ ਜੀ ਆ ਬੈਠਾ ਭੋਲਾ ਫੂਡ ਇਹਨੂੰ ਕਹਿੰਦੇ ਭੋਲਾ ਫੂਡ ਜੀ ਛੁੱਟੀ ਹੋਈ ਆ ਭੋਲਾ ਭੁੱਖਿਆ ਹੀ ਨਹੀਂ ਹੈਗਾ ਜੀ ਤਾਂ ਉਹਦੀ ਛੁੱਟੀ ਹੋਈ ਆ ਇਹ ਵੱਡਾ ਪੱਥਰ ਦਾ ਕੀ ਕਰਦਾ ਜੀ ਇਹ ਬੜਾ ਵੱਡਾ ਭੂੰਡ ਆ ਅਤੇ ਭੂੰਡੀ ਕਰਦਾ ਵਾ ਇੱਥੇ ਬਹਿ ਕੇ ਉਹ ਦੇਖ ਲਓ ਉਹ ਦੇਖ ਲਓ ਉਹ ਭੂੰਡੀ ਕਰਦਾ ਜੀ ਭੂੰਡੀ ਭੋਲਾ ਬੜਾ ਵੱਡਾ ਭੂੰਡ ਆ
ਅਗਲੇ ਵੇਹਿਆਂ ਹੁਣ ਮੈਨੂੰ ਭੈਣੀ ਆਪ ਹੋਣੀ ਤਾਂ ਉਦੋਂ ਤਾਂ ਹੀ ਭੈਣੀ ਤਾਂ ਮੈਂ ਨਹੀਂ ਭੂੰਡੀ ਕਰਦਾ ਚੈੱਕ ਕਰੋ ਕਿੱਡੀ ਜਸ ਵਾਲੀ ਆਏ ਹੋਏ ਫੈਮਲੀ ਬਣਾ ਰਿਹਾ ਵਾ ਨਵਾਂ ਘੁੱਟ ਰਿਹਾ ਵਾ ਕਾਲਾ ਅਤੇ ਚਿੱਟਾ ਇਹ ਚਿੱਟਾ ਵਾ ਆਹ ਕਾਲਾ ਵਾ ਸੋਰੀ ਕਾਲਾ ਨਵਾਂ ਘੁੱਟ ਰਿਹਾ ਵਾ ਅਤੇ 2 ਕਿਲੋ ਇਹ ਆ ਅਤੇ 3 ਕਿਲੋ ਕਾਲਾ ਵਾ ਹਾਂ ਵਾਲਾ ਓਰਿਜਨਲ ਲਾਈਫ ਔਨ ਲਾਈਫ ਅਰਥੋਨ ਦਾ ਨਮਕ ਪਤਾ ਨਹੀਂ ਕਿਹੜਾ ਬੰਦਾ ਯਾਦ ਕੀਤਾ ਜੀ ਅਤੇ ਇਹਨੂੰ ਪੁੱਟਦੇ ਹਾਂ ਮਸਾਲਾ ਬਣਾਉਂਦੇ ਹਾਂ ਅਗਰ ਡੰਗਰਾਂ ਦਾ ਮਸਾਲਾ ਤੁਸੀਂ ਵੀ ਖਾਣਾ ਹੋਇਆ ਤਾਂ ਜ਼ਰੂਰ ਦੱਸੋ ਲਓ ਜੀ ਕਾਲਾ ਚਿੱਟਾ ਕਾਲਾ ਚਿੱਟਾ ਕਾਲੇ ਦੀ ਕੀਮਤ ਜ਼ਿਆਦਾ ਵਾ ਚਿੱਟੇ ਦੀ ਥੋੜ੍ਹੀ ਆ ਕਿਉਂਕਿ ਚਿੱਟਾ ਹਰ ਜਗ੍ਹਾ ਮਿਲ ਜਾਂਦਾ ਆਮ ਕਾਲਾ ਜਿਹੜਾ ਕਿਤੇ ਕਿਤੇ ਮਿਲਦਾ ਵਾ ਇਸ ਵਜ੍ਹਾ ਤੋਂ ਅਗਰ ਤੁਸੀਂ ਕਾਲੇ ਹੋ ਨਾ ਤਾਂ ਤੁਸੀਂ ਰੇਅਰ ਚਿੱਟਾ ਹਰ ਜਗ੍ਹਾ ਲੱਭ ਜਾਂਦਾ ਸਮਝਿਆ ਕਰੋ ਗੱਲ